ਏਸ਼ੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣ ਦੋਸਤੋ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਅਸੀਂ ਹਮੇਸ਼ਾ ਇਸ ਗੱਲ ਦੀ ਕਾਮਨਾ ਕੀਤੀ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅਮਨਪੂਰਵਕ ਨਿਪਟੇ ਚੜਨ ਅਸੀਂ ਹਮੇਸ਼ਾ ਇਸੇ ਗੱਲ ਦੇ ਉੱਤੇ ਜ਼ੋਰ ਦਿੰਦਾ ਹੈ ਕਿ ਸਾਨੂੰ ਆਪਸੀ ਵੈਰ ਵਿਰੋਧ ਦੇ ਵਿੱਚ ਨਹੀਂ ਪੈਣਾ ਚਾਹੀਦਾ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਹੋ ਸਕਦੇ ਹਾਂ ਸਾਡਾ ਸਮਰਥਨ ਨਿੱਜੀ ਤੌਰ ਦੇ ਉੱਤੇ ਕਿਸੇ ਵੀ ਸਿਆਸੀ ਧਿਰ ਨੂੰ ਹੋ ਸਕਦਾ ਹੈ ਪਰ ਅਸੀਂ ਉਸੇ ਮੁਹੱਲੇ ਦੇ ਵਿੱਚ ਉਸੇ ਸਮਾਜ ਦੇ ਵਿੱਚ ਉਸੇ ਪਿੰਡ ਦੇ ਵਿੱਚ ਉਸੇ ਸ਼ਹਿਰ ਦੇ ਵਿੱਚ ਰਹਿਣਾ ਇਸ ਕਰਕੇ ਬਾਅਦ ਦੇ ਵਿੱਚ ਅਸੀਂ ਦੁਸ਼ਮਣੀਆਂ ਪਾਉਣ ਦੇ ਨਾਲੋਂ ਚਾਹੀਦਾ ਇਹ ਹੈ ਕਿ ਅੱਜ ਹੀ ਅਸੀਂ ਮੁਹੱਬਤ ਦੇ ਨਾਲ ਚੱਲ ਗਏ ਕੋਈ ਜਿੱਤੇ ਕੋਈ ਹਾਰੇ ਇਹਦਾ ਕੋਈ ਸਬੰਧ ਆ ਜਿਹੜਾ ਉਹ ਸਾਡੀ ਨਿੱਜੀ ਮਿੱਤਰਤਾ ਦੇ ਉੱਤੇ ਸਾਡੇ ਮੁਹੱਲੇ ਦੇ ਉੱਤੇ ਆਂਡ ਗਵਾਂਡ ਦੇ ਉੱਤੇ ਬਿਲਕੁਲ ਨਹੀਂ ਪੈਣਾ ਚਾਹੀਦਾ ਇਹਨਾਂ ਗੱਲਾਂ ਦੇ ਉੱਤੇ ਕੁਝ ਕੁ ਥਾਵਾਂ ਦੇ ਉੱਤੇ ਅਮਲ ਦੀਆਂ ਖਬਰਾਂ ਵੀ ਆਈਆਂ ਨੇ ਪਰ ਕਈ ਥਾਵਾਂ ਦੇ ਉੱਤੇ ਪਿੰਡਾਂ ਦੇ ਵਿੱਚ ਸਿਰ ਪਾਟਣ ਵਾਲੀਆਂ ਖਬਰਾਂ ਵੀ ਮਿਲ ਰਹੀਆਂ ਨੇ ਇੱਕ ਥਾਂ ਤੋਂ ਇਹ ਖਬਰ ਪ੍ਰਾਪਤ ਹੋਈ ਹੈ ਕਿ ਉੱਥੇ ਕਾਂਗਰਸ ਦੇ ਅਕਾਲੀ ਦਲ ਦੇ ਸਮਰਥਕ ਨੇ ਜਿਹੜੇ ਉਹ ਆਪਸ ਦੇ ਵਿੱਚ ਪੜਪਏ ਨੇ ਤੇ ਬਾਅਦ ਦੇ ਵਿੱਚ ਡਾਂਗਾ ਇੱਟਾਂ ਵੱਟੇ ਚੱਲੇ ਨੇ ਜਲੰਧਰ ਦੇ ਵੀ ਇੱਕ ਮੁਹੱਲੇ ਦੇ ਵਿੱਚੋਂ ਇੱਕ ਖਬਰ ਪ੍ਰਾਪਤ ਹੋਈ ਹੈ ਕਿ ਇੱਥੇ ਵੀ 2-3 ਜਣਿਆਂ ਦੇ ਸਿਰ ਪਾਟੇ ਨੇ ਇਹ ਬੜੀਆਂ ਮਾੜੀਆਂ ਖਬਰਾਂ ਨੇ ਅਸੀਂ ਇਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਪਰ ਇੱਕ ਹੋਰ ਬੜੀ ਦੁਖਦਾਈ ਖਬਰ ਪ੍ਰਾਪਤ ਹੋਈ ਹੈ ਲੰਘੇ ਕੱਲ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ ਪੌਣੇ 9 ਵਜੇ ਦੇ ਕਰੀਬ ਮੋੜ ਮੰਡੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹਰਮਿੰਦਰ ਸਿੰਘ ਜੱਸੀ ਜਿਹੜੇ ਕਿ ਡੇਰਾ ਸਿਰਸਾ ਵਾਲੇ ਦੇ ਕੁੜਮ ਵੀ ਨੇ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਨੇ ਮੋੜ ਮੰਡੀ ਤੋਂ ਉਹਨਾਂ ਦੇ ਕਾਫਲੇ ਦੇ ਬਾਬਤ ਪਹਿਲਾਂ ਤਾਂ ਖਬਰ ਆਈ ਸੀ ਕਿ ਇਹ ਜਿਹੜਾ ਤਮਾਕਾ ਹੋਇਆ ਉਹਨਾਂ ਦੇ ਕਾਫਲੇ ਦੇ ਵਿੱਚ ਹੋਇਆ ਤਮਾਕਾ ਇਸ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਪਰ ਉਸ ਤੋਂ ਬਾਅਦ ਜੋ ਮੀਡੀਆ ਦੇ ਵਿੱਚ ਰਿਪੋਰਟਾਂ ਆਈਆਂ ਨੇ ਉਹਨਾਂ ਦੇ ਜ਼ਰਗੇ ਇਹ ਪਤਾ ਲੱਗਾ ਕਿ ਇਹ ਤਮਾਕਾ ਇੱਕ ਕਾਰ ਦੇ ਵਿੱਚ ਹੋਇਆ ਕਾਰ ਸਿਲੰਡਰ ਦੇ ਨਾਲ ਚਲਾਈ ਜਾ ਰਹੀ ਸੀਗੀ ਇਸ ਕਰਕੇ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਹਾਲੇ ਤੱਕ ਇਹ ਗੱਲ ਕਨਫਰਮ ਨਹੀਂ ਹੋ ਸਕੀ ਪੱਕੀ ਨਹੀਂ ਗੱਲ ਕਹੀ ਜਾ ਸਕਦੀ ਕਿ ਇਹ ਤਮਾਕਾ ਕੁਦਰਤੀ ਤੌਰ ਦੇ ਉੱਤੇ ਹੋਇਆ ਜਾਂ ਇਸ ਤਮਾਕੇ ਦੇ ਪਿੱਛੇ ਕੋਈ ਡੂੰਗੀ ਸਾਜ਼ਿਸ਼ ਹੈ ਕਿਉਂਕਿ ਸਿਰਸੇ ਵਾਲੇ ਦੇ ਕੁੜਮ ਦੇ ਨਾਲ ਸਬੰਧਤ ਇਹ ਖਬਰ ਜੁੜਦੀ ਹੈ ਇਹ ਘਟਨਾ ਜਾਂ ਜੁੜਦੀ ਹੈ ਇਸ ਕਰਕੇ ਇਹਦੀ ਕਈ ਪਹਿਲੂਆਂ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਪਰਚੋਲ ਆਮ ਨਾਲੋਂ ਵੱਧ ਗੰਭੀਰਤਾ ਦੇ ਨਾਲ ਕਰਨ ਦੀ ਲੋੜ ਵੀ ਹੈ ਸਾਰੀਆਂ ਖਬਰਾਂ ਦੇ ਵੱਲੋਂ ਆਪਣੇ ਪ੍ਰਮੁੱਖ ਸਫ਼ਿਆਂ ਦੇ ਉੱਤੇ ਇਸ ਖਬਰ ਨੂੰ ਵੱਡੇ ਰੂਪ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਕਿਉਂਕਿ ਜਿਹੜੇ ਵਿਚਾਰੇ ਤਿੰਨ ਜਾਣੇ ਇਸ ਹਾਦਸੇ ਦੇ ਵਿੱਚ ਚਲਦੇ ਬਣੇ ਨੇ ਸਾਡੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਹੈ ਇੱਕ ਦਰਜਨ ਦੇ ਕਰੀਬ ਲੋਕ ਜੋ ਜ਼ਖਮੀ ਹੋਏ ਨੇ ਉਹਨਾਂ ਪਰਿਵਾਰਾਂ ਦੇ ਨਾਲ ਵੀ ਹਮਦਰਦੀ ਹੈ ਪਰ ਪੁਲਿਸ ਦੇ ਵੱਲੋਂ ਤੇ ਫੋਰੈਂਸਿਕ ਟੀਮਾਂ ਦੇ ਵੱਲੋਂ ਆਪਣੀ ਜਾਂਚ ਪੜਤਾਲ ਅੱਗੇ ਤੋਂ ਅੱਗੇ ਵਧਾਈ ਜਾ ਰਹੀ ਹੈ ਤੇ ਇਸ ਖਬਰ ਦਾ ਸੰਖੇਪ ਦੇ ਵਿੱਚ ਵੇਰਵਾ ਇਸ ਤਰੀਕੇ ਨਾਲ ਹੈ ਕਿ ਚੋਣਾ ਤੋਂ 4 ਦਿਨ ਪਹਿਲਾਂ ਮੋੜ ਮੰਡੀ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਨੁਕੜ ਮੀਟਿੰਗ ਦੇ ਨੇੜੇ ਹੋਏ ਕੁਕਰ ਬੰਬ ਤਮਾਕੇ ਵਿੱਚ 3 ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਾਣਕਾਰੀ ਦੇ ਮੁਤਾਬਕ ਰਾਤੀ ਤਕਰੀਬਨ 8.5 ਵਜੇ ਹਲਕਾ ਮੋੜ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਫੈਕਟਰੀ ਰੋਡ ਦੇ ਉੱਤੇ ਰਾਮ ਗੜੀਆ ਮਾਰਕੀਟ ਵਿਖੇ ਇਕੱਠ ਨੂੰ ਸੰਬੋਧਨ ਕਰਨ ਮਗਰੋਂ ਜਦੋਂ ਆਪਣੀ ਗੱਡੀ ਦੇ ਵਿੱਚ ਬੈਠਣ ਲੱਗੇ ਤਾਂ ਨੇੜੇ ਹੀ ਖੜੀ ਇੱਕ ਮਾਰੂਤੀ ਕਾਰ ਦੇ ਕੋਲ ਬੰਬ ਤਮਾਕੇ ਕਾ ਹੋ ਗਿਆ ਜਿਸ ਨਾਲ ਤਿੰਨ ਲੋਕਾਂ ਦੀ ਮੌਕੇ ਦੇ ਉੱਤੇ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਕੋਲ ਖੜੀ ਕਾਰ ਬੁਰੀ ਤਰ੍ਹਾਂ ਅੱਗ ਨਾਲ ਸੜ ਗਈ ਤੇ ਜੱਸੀ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਣ ਦੀ ਖਬਰ ਹੈ ਮੌਕੇ ਉੱਤੇ ਮੌਜੂਦ ਲੋਕਾਂ ਦੇ ਮੁਤਾਬਕ ਕੁਝ ਲੋਕਾਂ ਨੇ ਜੱਸੀ ਨੂੰ ਕਾਰ ਵੱਲ ਵੀ ਬੁਲਾਇਆ ਸੀ ਜਿਸ ਤੋਂ ਸਪਸ਼ਟ ਹੈ ਕਿ ਸ਼ਾਇਦ ਤਮਾਕਾ ਕਰਨ ਵਾਲਿਆਂ ਦਾ ਮੁੱਖ ਨਿਸ਼ਾਨਾ ਜੱਸੀ ਹੀ ਸੀ ਘਟਨਾ ਸਥਾਨ ਤੋਂ ਕਾਰਤੂਸ ਤੇ ਦਸਤਾਨੇ ਮਿਲਣਾ ਵੱਡਾ ਸ਼ੱਕ ਪੈਦਾ ਕਰਦਾ ਹੈ ਘਟਨਾ ਸਥਾਨ ਕੋਲੋਂ ਮਿਲਿਆ ਕੁਕਰ ਬੰਬ ਸਪਸ਼ਟ ਕਰਦਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਅਣਜਾਣ ਨਹੀਂ ਸਨ ਤੇ ਲੰਮੇ ਸਮੇਂ ਤੋਂ ਇਸ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਨ ਇਸ ਘਟਨਾ ਦੇ ਵਿੱਚ ਰਮੇਸ਼ ਸਿੰਘ ਨਿਸ਼ਤਰ ਸਿੰਘ ਤੇਜਿੰਦਰਪਾਲ ਸਿੰਘ ਮੌੜਕਾ ਤੇ ਸੌਰਵ ਕੁਮਾਰ ਮੋੜ ਮੰਡੀ ਦੇ ਨਾਲ ਕਈ ਹੋਰ ਲੋਕ ਵੀ ਗੰਭੀਰ ਜ਼ਖਮੀ ਹੋਏ ਨੇ ਮ੍ਰਿਤਕਾਂ ਦੀ ਪਹਿਲੇ ਪੜਾਅ ਦੇ ਵਿੱਚ ਪਛਾਣ ਨਹੀਂ ਸੀ ਹੋ ਸਕੀ ਪਰ ਮ੍ਰਿਤਕਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਖਬਰ ਦੇ ਉੱਤੇ ਦੁਖਦਾਈ ਟਿੱਪਣੀ ਕਰਦੇ ਹਾਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਕਿ ਬੇਸ਼ੱਕ ਇਹ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਰੈਲੀ ਜਾਂ ਨੁਕੜ ਮੀਟਿੰਗ ਦੇ ਕੋਲ ਵਾਪਰੀ ਘਟਨਾ ਹੈ ਬੇਸ਼ੱਕ ਇਹ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਪਾਵੇ ਕੋਈ ਵੀ ਪਾਰਟੀ ਦਾ ਕਿਉਂ ਨਾ ਹੋਵੇ ਉੱਥੇ ਵੀ ਇਹ ਘਟਨਾ ਵਾਪਰੀ ਤਾਂ ਅਸੀਂ ਇਨੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਹੀ ਕਰਨੀ ਸੀ ਪੰਜਾਬ ਦੇ ਵਿੱਚ ਇਸ ਵਕਤ ਅਮਨ ਤੇ ਸ਼ਾਂਤੀ ਚਾਹੀਦੀ ਹੈ ਕੁਝ ਕੁ ਹਾਰਸੇ ਕੁਦਰਤੀ ਤੌਰ ਦੇ ਉੱਤੇ ਵਾਪਰ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਰੋਕ ਸਕਦੇ ਕਿਉਂਕਿ ਇਹਦੇ ਬਾਬਤ ਪਹਿਲਾਂ ਨਹੀਂ ਕੁਝ ਤੈਅ ਹੁੰਦਾ ਕਿ ਕਦੋਂ ਕੀ ਵਾਪਰ ਜਾਣਾ ਪਰ ਕੁਝ ਕੁ ਹਾਰਸਿਆਂ ਦੇ ਪਿੱਛੇ ਸਾਡਾ ਨਿੱਜੀ ਤੌਰ ਦੇ ਉੱਤੇ ਦਿਮਾਗ ਚੱਲਦਾ ਹੁੰਦਾ ਹੈ ਇਹ ਇੱਕ ਸਾਜ਼ਿਸ਼ ਦੇ ਤਹਿਤ ਹਰਸਿਆ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਸ ਘਟਨਾ ਦੀ ਜਿਹੜੀ ਕਿ ਪਹਿਲਾਂ ਦੱਸੀ ਗਈ ਕਿ ਬੰਬ ਧਮਾਕਾ ਹੋਇਆ ਫਿਰ ਇਹ ਗੱਲ ਕਹੀ ਗਈ ਕਿ ਸਿਲੰਡਰ ਫਟਿਆ ਰੈਲੀ ਦੇ ਕੋਲ ਫਿਰ ਇਹ ਗੱਲ ਸਾਹਮਣੇ ਆ ਰਹੀ ਆ ਕਿ ਇੱਥੇ ਕੁੱਕਰ ਬੰਬ ਸੀ ਜਿਹੜਾ ਉਹ ਚੱਲਿਆ ਜਾਂ ਚਲਾਇਆ ਗਿਆ ਇਹਦੇ ਪਿੱਛੇ ਕਿਹੜੇ ਕਾਰਨ ਨੇ ਪੁਲਿਸ ਦਾ ਕਹਿਣਾ ਕਿ ਅਸੀਂ ਡੂੰਘਾਈ ਦੇ ਨਾਲ ਤਫ਼ਤੀਸ਼ ਕਰ ਰਹੇ ਹਾਂ ਪਰ ਜਿਹੜੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ ਉਹਨਾਂ ਨੇ ਇਸ ਘਟਨਾ ਦੇ ਉੱਤੇ ਆਪੋ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਕਾਂਗਰਸ ਦੇ ਕਪਤਾਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਤਾਂ ਲੰਬੇ ਸਮੇਂ ਤੋਂ ਇਹੀ ਮੰਗ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ ਇਸ ਕਰਕੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਕੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਕਿ ਸਾਨੂੰ ਇਸ ਘਟਨਾ ਦੇ ਉੱਤੇ ਬੇਹੱਦ ਦੁੱਖ ਹੈ ਇਦੀ ਜਾਂਚ ਪੜਤਾਲ ਨਿਰਪੱਖ ਤਰੀਕੇ ਨਾਲ ਹੋਣੀ ਚਾਹੀਦੀ ਹੈ ਅਕਾਲੀ ਦਲ ਦਾ ਇੱਕ ਕਹਿਣਾ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਕਿ ਇਸ ਘਟਨਾ ਦੀ ਜਾਂਚ ਡੂੰਘਾਈ ਨਾਲ ਕਰਵਾਈ ਜਾਏਗੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਅਸੀਂ ਦੁੱਖ ਦਾ ਇਜ਼ਹਾਰ ਕਰਦੇ ਹਾਂ ਇਸ ਜ਼ਖਮੀਆਂ ਦੇ ਇਲਾਜ ਦੇ ਵਾਸਤੇ ਵਚਨਬੱਧ ਆ ਸੋ ਲੋਕਾਂ ਦੀ ਇਸ ਮਾਮਲੇ ਦੇ ਉੱਤੇ ਆਪੋ ਆਪਣੀ رائے ਆ ਫੇਸਬੁੱਕ ਹਰ ਇੱਕ ਜਿਹਦਾ ਵੀ ਖਾਤਾ ਚੱਲਦਾ ਫੇਸਬੁੱਕ ਦੇ ਉੱਤੇ ਉਹ ਭਰੀ ਹੋਈ ਆ ਕਿਸੇ ਨੇ ਇਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਕੀਤੀ ਆ ਕਿਸੇ ਨੇ ਕੋਈ ਟਿੱਪਣੀ ਕੀਤੀ ਆ ਕੋਈ ਇਸ ਘਟਨਾ ਨੂੰ ਆਮ ਆਦਮੀ ਪਾਰਟੀ ਦੇ ਨਾਲ ਜੋੜ ਕੇ ਦੇਖ ਰਿਹਾ ਕੋਈ ਕਾਂਗਰਸ ਦੇ ਨਾਲ ਹੀ ਜੋੜੀ ਜਾਂਦਾ ਕੋਈ ਅਕਾਲੀ ਦਲ ਦੀ ਸਾਜ਼ਿਸ਼ ਦੇ ਨਾਲ ਜੋੜ ਰਿਹਾ ਜਿੰਨੇ ਲੋਕਾਂ ਦੇ ਸਿਰ ਨੇ ਜਿੰਨੇ ਦਿਮਾਗ ਨੇ ਸਭ ਦੀ ਆਪੋ ਆਪਣੀ ਸੋਚ ਹੈ ਪਰ ਕੁੱਲ ਮਿਲਾ ਕੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਚੋਣਾਂ ਅਮਨਪੂਰਵਕ ਤਰੀਕੇ ਨਾਲ ਨਿਪਰੇ ਚੜ੍ਹਦੀਆਂ ਚਾਹੀਦੀਆਂ ਨੇ ਲੋਕਤੰਤਰ ਤਾਂ ਹੀ ਮਜ਼ਬੂਤ ਹੋਏਗਾ ਜੇਕਰ ਲੋਕਾਂ ਦੇ ਵੱਲੋਂ ਆਪਣੇ ਦਿਮਾਗ ਦਾ ਤੰਤਰ ਵੀ ਸਹੀ ਤਰੀਕੇ ਨਾਲ ਵਰਤਿਆ ਜਾਏਗਾ ਮੈਂ ਅਕਸਰ ਇਹ ਸੋਚਦਾ ਹੁੰਨਾ ਕਿ ਹਿੰਦੀ ਦੇ ਵਿੱਚ ಮತਦਾਨ ਕਿਹਾ ਜਾਂਦਾ ਵੋਟਾਂ ਪਾਉਣ ਨੂੰ ਕਿ ਕਿੰਨੇ ਫੀਸਦੀ ਮਤਦਾਨ ਹੋਇਆ ਕਿਹੜੇ ਕਿਹੜੇ ਮਤਦਾਤਾ ਨੇ ਤੇ ਇਹਦਾ ਮਤਲਬ ਤਾਂ ਫਿਰ ਅਸੀਂ ਇਹ ਵੀ ਕੱਢੀਏ ਕਿ ਮਾਤਾ ਜਿਹੜੀ ਹਰ ਬੰਦੇ ਨੂੰ ਆਵੇ ਤੇ ਦਾਤਾ ਜਿਹੜਾ ਉਹ ਸਭ ਨੂੰ ਮਤ ਦੇਵੇ ਅਸੀਂ ਚਾਹੁੰਦੇ ਆ ਕਿ ਮਤਦਾਨ ਯਾਨੀ ਕਿ VOTING ਸਹੀ ਤਰੀਕੇ ਨਾਲ ਹੋਵੇ ਤਾਂ ਜੋ ਪੰਜਾਬ ਦੀ ਖੁਸ਼ਹਾਲੀ ਬਰਕਰਾਰ ਰਹਿ ਸਕੇ ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਪਰ ਪਹਿਲਾਂ ਲੈਣ ਇੱਕ ਛੋਟੀ ਜਿਹੀ ਬ੍ਰੇਕ ਤੁਹਾਡੀ ਤੇ ਸਾਡੀ ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ ਕੁਝ ਦੇਸ਼ ਦੇ ਕੁਝ ਪਰਦੇਸ਼ ਦੇ ਕੁਝ ਵਿਦੇਸ਼ ਦੇ ਕੁਝ ਇਤਿਹਾਸ ਦੇ ਕੁਝ ਮਿਥਿਹਾਸ ਦੇ ਕੁਝ ਸਮਾਜ ਦੇ ਕੁਝ ਰਾਜਨੀਤੀ ਦੇ ਕੁਝ ਚੰਗੇ ਵੀ ਕਦੇ-ਕਦੇ ਮਾੜੇ ਵੀ ਅਸੀਂ ਸਾਰੇ ਮਸਲੇ ਵਿਚਾਰਦੇ ਹਾਂ ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ ਟੀਵੀ ਵਾਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਆਂ ਇਸ ਵਾਰ ਦੋਸਤੋ ਇੱਕ ਨਵੀਂ ਗੱਲ ਦੇਖਣ ਨੂੰ ਮਿਲ ਰਹੀ ਹੈ ਯਾਨੀ ਕਿ ਚੋਣਾਂ ਦੇ ਪ੍ਰਸੰਗ ਦੇ ਵਿੱਚ ਇੱਕ ਨਵੀਂ ਕਹਾਣੀ ਇੱਕ ਨਵਾਂ ਰੂਪ ਇੱਕ ਨਵੀਂ ਗੱਲ ਸਭ ਦੇ ਸਾਹਮਣੇ ਆ ਰਹੀ ਹੈ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਕਿ ਝੰਡੀਆਂ ਦੇ ਨਾਲ ਗਲੀਆਂ ਮੁਹੱਲੇ ਘਰ ਭਰ ਜਾਂਦੇ ਸਨ ਪਰ ਅੱਜ ਲੋਕ ਚੁੱਪ ਨੇ ਅੱਜ ਵੋਟਰ ਨੇ ਜਿਹੜੇ ਉਹ ਸਾਇਲੈਂਟ ਨੇ ਉਹ ਚੁੱਪ ਕਰਕੇ ਆਪਣਾ ਅੰਦਰੋਂ ਫੈਸਲਾ ਲਈ ਬੈਠੇ ਨੇ ਹਾਲਾਂਕਿ ਘਰਾਂ ਦੇ ਵਿੱਚ ਵੀ ਵੰਡੀਆਂ ਪੈ ਚੁੱਕੀਆਂ ਨੇ ਬਜ਼ੁਰਗ ਕਹਿੰਦੇ ਨੇ ਫਲਾਣੀ ਪਾਰਟੀ ਨੂੰ ਵੋਟ ਪਾਣੀ ਆ ਤੇ ਨਵੀਂ ਪੀੜ੍ਹੀ ਕਹਿੰਦੀ ਆ ਨਾ ਬਾਪੂ ਦਾ ਅਸੀਂ ਤਾਂ ਫਲਾਣੇ ਨੂੰ ਨਹੀਂ ਫਲਾਣੇ ਨੂੰ ਪਾਣੀ ਆ ਲੋਕਾਂ ਦੀ ਆਪਣੀ ਮਰਜ਼ੀ ਆ ਕਿਉਂਕਿ ਵੋਟ ਦਾ ਅਧਿਕਾਰ ਸਭ ਦਾ ਆਪਣਾ ਪਰ ਜੋ ਗੱਲ ਇਸ ਵਾਰ ਦੇਖਣ ਨੂੰ ਮਿਲ ਰਹੀ ਆ ਉਹ ਇਹ ਆ ਕਿ ਗਲੀਆਂ ਦੇ ਵਿੱਚ ਰੌਲੇ ਨਾਲੋਂ ਵੱਧ ਫੇਸਬੁਕ ਦੇ ਉੱਤੇ ਟਵਿੱਟਰ ਦੇ ਉੱਤੇ ਤੇ ਵਟਸਐਪ ਦੇ ਉੱਤੇ ਸ਼ੋਰ ਜ਼ਿਆਦਾ ਹੈਗਾ ਲੋਕ ਆ ਜਿਹੜੇ ਉਹ ਸਾਰਾ ਦਿਨ ਆਪੋ ਆਪਣੀ ਸੋਝ ਮੁਤਾਬਕ ਆਪੋ ਆਪਣੀ ਬੁੱਧੀ ਦੇ ਮੁਤਾਬਕ ਵੱਖ-ਵੱਖ ਉਮੀਦਵਾਰਾਂ ਦੇ ਹੱਕ ਦੇ ਵਿੱਚ ਅੰਦਾਜ਼ੇ ਲਗਾ ਰਹੇ ਨੇ ਉਹਨਾਂ ਦੇ ਵੱਲੋਂ ਐਨਲਿਸਿਸ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਨੂੰ ਅੱਗੇ ਤਧਵਾਈ ਜਾ ਰਹੀ ਹੈ ਅਕਾਲੀ ਦਲ ਨੂੰ ਤੀਜੇ ਨੰਬਰ ਦੇ ਉੱਤੇ ਰੱਖ ਰਹੇ ਨੇ ਕਹਿਣ ਦਾ ਭਾਵ ਇਹ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਜੋ ਦੰਗਲ ਹੈ ਚੋਣਾਂ ਦਾ ਉਹ ਸਭ ਤੋਂ ਵੱਧ ਪੱਖਿਆ ਨਜ਼ਰ ਆ ਰਿਹਾ ਹੈ ਤਦੇ ਕਦੇ ਤਾਂ ਮੈਂ ਇਹ ਸੋਚਦਾ ਕਿ ਆਮਰ ਖਾਨ ਦੀ ਦੰਗਲ ਵੀ ਓਨੀ ਗਰਮ ਨਹੀਂ ਹੋਣੀ ਸ਼ਾਇਦ ਜਿੰਨੀ ਕਿ ਪੰਜਾਬੀਆਂ ਨੇ ਫੇਸਬੁੱਕ ਨੂੰ ਗਰਮ ਕਰ ਦਿੱਤਾ ਹੈ ਇੱਥੇ ਜਿਹੜਾ ਦੰਗਲ ਛੇੜਿਆ ਹੋਇਆ ਹੈ ਇਹਦੇ ਬਾਬਤ ਰਿਪੋਰਟ ਦੇ ਵਿੱਚ ਕਈ ਹੈਰਾਨੀਜਨਕ ਜਾਣਕਾਰੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਵਾਰ ਉਮੀਦਵਾਰਾਂ ਨੇ ਵੀ ਵਟਸਐਪ ਦੀ ਸੋਸ਼ਲ ਮੀਡੀਆ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਹੈ ਨਿੱਕੀਆਂ-ਨਿੱਕੀਆਂ ਕਲਿੱਪਾਂ ਬਣਾ ਕੇ ਅੱਗੇ ਤੋਂ ਅੱਗੇ ਭੇਜੀਆਂ ਨੇ ਜਿਹੜੀਆਂ ਵੋਟਰਾਂ ਦੇ ਦਿlo ਦਿਮਾਗ ਦੇ ਉੱਤੇ ਕੁਝ ਹੱਦ ਤੱਕ ਅਸਰ ਵੀ ਕਰਨ ਦੇ ਸਮਰੱਥ ਹੋਈਆਂ ਨੇ ਕਈ ਕਲਿੱਪਾਂ ਦੇ ਵਿੱਚ ਇੱਕ ਦੂਜੇ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ ਨੇ ਕਈ ਕਲਿੱਪਾਂ ਦੇ ਵਿੱਚ ਅਸੀਂ ਮਨ ਦਾ ਗੁਬਾਰ ਹੋਰ ਤਰੀਕਿਆਂ ਨਾਲ ਵੀ ਕੱਢਿਆ ਉਹਦੇ ਅਸੀਂ ਪ੍ਰਸੰਗ ਦੇ ਵਿੱਚ ਨਹੀਂ ਜਾਂਦੇ ਤੇ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਇਸ ਤਰੀਕੇ ਨਾਲ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ VOTING ਦੇ ਲਈ ਸਿਰਫ ਤੇ ਸਿਰਫ 3 ਦਿਨ ਬਾਕੀ ਨੇ। ਲਿਹਾਜ਼ਾ ਆਪਣੀ ਜਿੱਤ ਨਿਸ਼ਚਿਤ ਕਰਨ ਵਾਸਤੇ ਸਿਆਸੀ ਪਾਰਟੀਆਂ ਨੇ ਪੂਰੀ ਤਾਕਤ ਲਗਾ ਦਿੱਤੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਣਾਂ ਨੂੰ ਲੈ ਕੇ ਸੜਕਾਂ ਉੱਤੇ ਦਿਖ ਰਾਇ ਦੰਗਲ ਤੋਂ ਕਿਤੇ ਵੱਧ ਦੰਗਲ ਸੋਸ਼ਲ ਮੀਡੀਆ ਦੇ ਉੱਤੇ ਸ਼ੁਰੂ ਹੋਇਆ ਪਿਆ ਹੈ। ਟਵਿੱਟਰ, ਫੇਸਬੁੱਕ, YouTube, WhatsApp ਦੇ ਉੱਤੇ ਇੱਕ ਦੂਜੇ ਦੇ ਖਿਲਾਫ ਝੂਠੀਆਂ ਖਬਰਾਂ, ਬਨੌਟੀ ਤਸਵੀਰਾਂ, ਕਾਰਟੂਨ ਆਦ ਦਾ ਮਾਇਆ ਜਾਲ ਖੜਾ ਕੀਤਾ ਜਾ ਰਿਹਾ ਹੈ ਤੇ ਮੋਬਾਈਲ ਕਾਲ, SMS ਦੇ ਜ਼ਰਗੇ ਸਿਆਸੀ ਵੱਡੇ ਲੀਡਰਾਂ ਦੇ ਵੱਲੋਂ ਸਿੱਧੇ ਸੰਦੇਸ਼ ਵੋਟਰਾਂ ਤੱਕ ਪਹੁੰਚਾਏ ਜਾ ਰਹੇ ਨੇ ਸੋਸ਼ਲ ਮੀਡੀਆ ਉੱਤੇ ਸਾਰੀਆਂ ਪਾਰਟੀਆਂ ਦੀ ਇੱਕ ਪੂਰੀ ਫੌਜ ਖੜੀ ਹੈ ਤੇ ਕਿਸੇ ਵੀ ਘਟਨਾ ਨੂੰ ਆਪਣੇ ਪੱਖ ਦੇ ਵਿੱਚ ਢਾਲ ਕੇ ਉਸ ਨੂੰ ਚੰਦ ਮਿੰਟਾਂ ਦੇ ਵਿੱਚ ਅੱਗੇ ਤੋਂ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੇ ਨੇਤਾਵਾਂ ਦੀ ਜਾਸੂਸੀ ਤੱਕ ਲਈ ਸੋਸ਼ਲ ਮੀਡੀਆ ਨੂੰ ਇੱਕ ਟੂਲ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ ਸਿਆਸੀ ਪਾਰਟੀਆਂ ਦੀ ਇਸ ਆਧੁਨਿਕ ਚੋਣ ਪ੍ਰਚਾਰ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਕਈ ਹੈਰਾਨ ਕਰਨ ਵਾਲੇ ਵਾਇਰਲ ਝੂਠਾਂ ਦਾ ਵੀ ਖੁਲਾਸਾ ਹੋਇਆ ਹੈ ਕਈ ਝੂਠ ਇਹੋ ਜਿਹੇ ਨੇ ਜਿਹੜੇ ਭਗਵੰਤ ਮਾਨ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਭਗਵੰਤ ਮਾਨ ਦਾ ਇੱਕ ਹਮਸ਼ਕਲ ਹੈ ਜਿਹੜਾ ਉਹ ਇੱਕ ਔਰਤ ਦੇ ਨਾਲ ਇਤਰਾਜਯੋਗ ਹਾਲਤ ਦੇ ਵਿੱਚ ਦਿਖਾਇਆ ਗਿਆ ਕਾਰਟੂਨਾਂ ਦੇ ਨਾਲ ਵੀ ਇੱਕ ਦੂਜੇ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਝੂਠੇ ਸਰਵੇਖਣ ਨੇ ਜਿਹੜੇ ਉਹ ਵੀ ਪੇਸ਼ ਕੀਤੇ ਜਾ ਰਹੇ ਨੇ ਤੇ ਜੋ ਸਭ ਤੋਂ ਵੱਡੇ ਵਾਇਰਲ ਝੂਠ ਹੋ ਰਹੇ ਨੇ ਉਹਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਆਪਣੀ ਪੋਤਰੀ ਦਾ ਵਿਆਹ ਕੈਪਟਨ ਦੇ ਪੁੱਤਰੇ ਨਾਲ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹਰਸਿਮਰਤ ਕੌਰ ਉਸ ਦੇ بیٹے ਦੀ ਇੱਕ ਫੋਟੋ ਵਾਇਰਲ ਹੋਈ ਹੈ ਜਿਸ ਵਿੱਚ ਦਿਖਾਇਆ ਗਿਆ ਕਿ ਇਹ ਫੋਟੋ ਕੈਪਟਨ ਦੇ ਪੋਤੇ ਦੇ ਵਿਆਹ ਦੀ ਹੈ ਤੇ ਕੈਪਸ਼ਨ ਦਿੱਤੀ ਗਈ ਹੈ ਕਿ ਅਸੀਂ ਨਾਲ ਹਾਂ ਇੱਕ ਹੋਰ ਝੂਠਾ ਜਿਹੜਾ ਵਾਇਰਲ ਹੋਇਆ ਉਹ ਇਹ ਹੈ ਕਿ ਕਾਂਗਰਸ ਜੇਕਰ ਸੱਤਾ ਦੇ ਵਿੱਚ ਆ ਗਈ ਤਾਂ ਕਿਸੇ ਵੀ ਐਨਆਰਆਈ ਨੂੰ ਪੰਜਾਬ ਦੇ ਵਿੱਚ ਨਹੀਂ ਆਉਣ ਦਿੱਤਾ ਜਾਏਗਾ ਇਸ ਖਬਰ ਦੇ ਉੱਤੇ ਦੋਸਤੋ ਸੰਖੇਪ ਦੇ ਵਿੱਚ ਟਿੱਪਣੀ ਕਰਦੇ ਆ ਅਸੀਂ ਇਹ ਗੱਲ ਕਹਾਂਗੇ ਸੋਸ਼ਲ ਮੀਡੀਏ ਦੀ ਵਰਤੋਂ ਵੀ ਵੱਡੇ ਪੱਧਰ ਤੇ ਹੋ ਰਹੀ ਆ ਤੇ ਜਿੰਨੀ ਵਰਤੋਂ ਹੋ ਰਹੀ ਆ ਉਹਦੇ ਨਾਲੋਂ ਕਈ ਗੁਣਾ ਵੱਧ ਦੁਰਵਰਤੋਂ ਹੋ ਰਹੀ ਆ ਮੈਂ ਕਦੇ-ਕਦੇ ਇਹ ਸੋਚਦਾ ਕਿ ਸੋਸ਼ਲ ਮੀਡੀਏ ਦੇ ਉੱਤੇ ਬੈਠੇ ਬਹੁਤੇ ਸੱਜਣ ਤਾਲੇਬਾਨੀ ਕੱਟੜਤਾ ਵਾਲੇ ਲੋਕਾਂ ਵਰਗੇ ਬਣ ਚੁੱਕੇ ਨੇ ਕਿਉਂਕਿ ਮੰਨ ਲਓ ਅਸੀਂ ਆਮ ਆਦਮੀ ਪਾਰਟੀ ਦੇ ਬਾਰੇ ਦੋ ਸ਼ਬਦ ਲਿਖ ਦਿੱਤੇ ਕਿ ਫਲਾਣੀ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਕਮਜ਼ੋਰ ਆ ਨਾ ਉਹ ਲੋਕ ਆ ਜਿਹੜੇ ਉਹ ਗਾਲ-ਦੁੱਪੜ ਦੇ ਉੱਤੇ ਉਤਰਿਆਉਂਦੇ ਨੇ ਉਹਨਾਂ ਨੂੰ ਸਵਾਦ ਦੀ ਅਸਲ ਪਰਿਭਾਸ਼ਾ ਨਹੀਂ ਪਤਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇਸ ਮੀਡੀਏ ਦੇ ਉੱਤੇ ਜਾਣਕਾਰੀ ਹਾਸਲ ਵੀ ਕਰਨੀ ਆ ਨਾ ਕਿ ਜਿਹੜੀ ਸਾਡੀ ਆਪਣੀ ਧਾਰਨਾ ਬਣੀ ਹੋਈ ਆ ਉਸ ਧਾਰਨਾ ਨੂੰ ਲੋਕਾਂ ਤੱਕ ਧੱਕੇ ਦੇ ਨਾਲ ਜ਼ਬਰਦਸਤੀ ਅਸੀਂ ਪਹੁੰਚਾਉਣਾ ਹੈਗਾ ਪਰ ਫਿਰ ਵੀ ਸੋਸ਼ਲ ਮੀਡੀਆ ਇਸ ਵਾਰ ਵੋਟਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਆ ਅ ਪਰਸੋਂ ਬੀਬੀ ਹਰਸਿਮਰਤ कौर ਬਾਦਲ ਨੇ ਇੱਕ ਗੱਲ ਕਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਤਾਂ ਇਨੀ ਕਮਿਟਮੈਂਟ ਕੀਤੀ 10 ਸਾਲ ਉਹ ਪੰਜਾਬ ਨੂੰ ਵਕਤ ਦਿੰਦੇ ਰਹੇ ਪਰ ਪਰਿਵਾਰ ਨੂੰ ਟਾਈਮ ਨਹੀਂ ਦੇ ਸਕੇ ਉਹਨਾਂ ਦੀ ਸਿਹਤ ਵੀ ਖਰਾਬ ਹੋ ਗਈ ਆ ਸਾਡਾ ਪਰਿਵਾਰਕ ਤਾਲਮੇਲ ਵੀ ਬੜਾ ਘਟ ਰਿਹਾ ਤੇ ਪੰਜਾਬੀਆਂ ਨੂੰ ਚਾਹੀਦਾ ਵੋਟਾਂ ਸਾਨੂੰ ਪਾਉਣ ਹੁਣ ਇੱਕ ਸੱਜਣ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਵੀਡੀਓ ਪਾਈ ਗਈ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਬੜੇ ਭਾਵ ਵਿਪਿੰਨੇ ਅੰਦਾਜ਼ ਦੇ ਵਿੱਚ ਕਿ ਦੇਖੋ ਪੰਜਾਬੀਓ ਆਪਾਂ ਬਹੁਤ ਹੀ ਖੁਦਗਰਜ਼ ਬਣ ਜਨੇ ਆ ਕਈ ਵਾਰ ਅਸੀਂ ਵੱਡੇ ਲੋਕਾਂ ਬਾਦਲ ਪਰਿਵਾਰ ਦੇ ਬਾਬਤ ਕਦੇ ਨਹੀਂ ਸੋਚਿਆ ਇਸ ਪਰਿਵਾਰ ਨੂੰ ਆਪਾਂ ਮਿਲਣ ਦਾ ਮੌਕਾ ਦੇ ਗਏ ਇਸ ਵਾਰ ਅਸੀਂ ਅਕਾਲੀ ਦਲ ਨੂੰ ਇੱਕ ਵੀ ਵੋਟ ਨਾ ਪਾਈਏ ਤੁਹਾਨੂੰ ਸਾਰਿਆਂ ਨੂੰ ਸੌ ਲੱਗੇ ਕਿਉਂਕਿ ਜੇ ਅਸੀਂ ਇਸ ਵਾਰ ਅਕਾਲੀ ਦਲ ਨੂੰ ਹਰਾ ਦੇਵਾਂਗੇ ਤਾਂ ਘੱਟੋ-ਘੱਟ ਇਹਨਾਂ ਦਾ ਪਰਿਵਾਰਕ ਤਾਲਮੇਲ ਤਾਂ ਕਾਇਮ ਰਹੂਗਾ ਸੁਖਬੀਰ ਸਿੰਘ ਬਾਦਲ ਖੁਰਾਂਡੀ ਸਿਹਤ ਤਾਂ ਤੰਦਰੁਸਤ ਰਹੇਗੀ ਇਸ ਕਰਕੇ ਪੰਜਾਬੀਓ ਆਪਣਾ ਫਿਕਰ ਨਾ ਕਰੋ ਤੇ ਬਾਦਲ ਪਰਿਵਾਰ ਦਾ ਫਿਕਰ ਕਰਦੇ ਆ ਇਹਨਾਂ ਨੂੰ ਹਰਾ ਦਿਓ ਇਹ ਚਟਕਾਰਿਆਂ ਵਾਲੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਸਵਾਦ ਲੈ ਲੈ ਕੇ ਲੋਕ ਕਮੈਂਟ ਕਰਦੇ ਨੇ, ਸ਼ੇਅਰ ਕਰਦੇ ਨੇ ਤੇ ਲਾਈਕ ਕਰਦੇ ਨੇ, ਸੋ ਕਹਿਣ ਦਾ ਭਾਵ ਇਹ ਆ ਕਿ ਸੋਸ਼ਲ ਮੀਡੀਏ ਨੇ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣਾ ਰੰਗ ਜੰਗੀ ਪੱਦਰ ਦੇ ਉੱਤੇ ਦਿਖਾਇਆ। ਪਿਛਲੇ ਕਈ ਦਿਨਾਂ ਤੋਂ ਦੋਸਤੋ ਮੈਂ ਇਸ ਗੱਲ ਨੂੰ ਮੀਡੀਏ ਦੇ ਵਿੱਚ ਨੋਟ ਕਰ ਰਿਹਾ ਕਿ ਜੋ ਪੰਜਾਬ ਦੀ ਜਵਾਨੀ ਆ, ਇਹ ਬਦਲਾਅ ਦੀ ਗੱਲ ਵੱਧ ਕਰ ਰਹੀ ਆ ਤੇ ਵਿਕਾਸ ਦੀ ਗੱਲ ਵੱਲ ਬਹੁਤਾ ਧਿਆਨ ਨਹੀਂ। ਅਸੀਂ ਇਹ ਗੱਲ ਕਹਿੰਦੇ ਆ ਕਿ ਪੰਜਾਬ ਦਾ ਵਿਕਾਸ ਹੋਣਾ ਚਾਹੀਦਾ ਹੈ ਪੰਜਾਬ ਦਾ ਜ਼ਰੂਰ ਵਿਕਾਸ ਹੋਣਾ ਚਾਹੀਦਾ ਹੈ ਵਿਕਾਸ ਤੋਂ ਬਿਨਾ ਪੰਜਾਬ ਦੀ ਤਰੱਕੀ ਨਹੀਂ ਪਰ ਜਿਹੜਾ ਨੌਜਵਾਨ ਵਰਗ ਹੈ ਉਹਦਾ ਵੱਡਾ ਹਿੱਸਾ ਇਹ ਗੱਲ ਸਾਡੇ ਸਾਹਮਣੇ ਲੈ ਕੇ ਆ ਰਿਹਾ ਹੈ ਕਿ ਬਦਲਾਅ ਆਵੇਗਾ ਤਾਂ ਵਿਕਾਸ ਆਪਣੇ ਆਪ ਹੀ ਹੋ ਜਾਏਗਾ ਜੇਕਰ ਰਵਾਇਤੀ ਪਾਰਟੀਆਂ ਨੂੰ ਅਸੀਂ ਪਰੇ ਕਰ ਦੇਾਂਗੇ ਬਦਲਾਅ ਆ ਜਾਏਗਾ ਨਵੀਂ ਪਾਰਟੀ ਆਏਗੀ ਤਾਂ ਉਹਦੇ ਨਾਲ ਹੀ ਵਿਕਾਸ ਜੁੜਿਆ ਨੌਜਵਾਨਾਂ ਦੀ ਇਹ ਧਾਰਨਾ ਕਿਉਂ ਬਣੀ ਇਹ ਇੱਕ ਵੱਖਰਾ ਪ੍ਰਸੰਗ ਹੈ ਪਰ ਸਮੇਂ ਦੇ ਨਾਲ ਨੌਜਵਾਨ ਵਰਗ ਸਾਡੇ ਸਮਾਜ ਦੇ ਜਿੰਨੇ ਵੀ ਵੋਟਰ ਨੇ ਉਹ ਭਾਵੇਂ ਕਿਸੇ ਵੀ ਉਮਰ ਵਰਗ ਦੇ ਨੇ ਉਹਨਾਂ ਦੇ ਸੁਭਾਅ ਦੇ ਵਿੱਚ ਉਹਨਾਂ ਦੀ ਸੋਚ ਦੇ ਵਿੱਚ ਇੱਕ ਤਬਦੀਲੀ ਜ਼ਰੂਰ ਨੋਟ ਕੀਤੀ ਜਾ ਰਹੀ ਹੈ ਮੈਂ ਬੜੇ ਸੱਜਣਾ ਨੂੰ ਹਰ ਰੋਜ਼ ਫੋਨ ਕਰਦਾ ਕਿ ਤੁਹਾਡੇ ਹਲਕੇ ਦੇ ਵਿੱਚ ਕਿਹੜੀ ਪਾਰਟੀ ਦਾ ਕੀ ਹਾਲ ਹੈ ਤਾਂ ਬਹੁਤ ਗਿਆ ਥਾਵਾਂ ਤੋਂ ਮੈਨੂੰ ਇਹੋ ਹੀ ਜਾਣਕਾਰੀ ਮਿਲਦੀ ਆ ਕਿ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੀ ਆ ਪੰਜਾਬ ਦੇ ਵਿੱਚ 117 ਵਿਧਾਨ ਸਭਾ ਦੀਆਂ ਸੀਟਾਂ ਨੇ ਤੇ ਅਕਾਲੀ ਦਲ ਤੇ ਭਾਜਪਾ ਦਾ ਗੱਟ ਜੋੜ ਸ਼ਾਇਦ ਹੀ 5-7 ਸੀਟਾਂ ਦੇ ਉੱਤੇ ਮੁਕਾਬਲੇ ਦੇ ਵਿੱਚ ਹੋਵੇ ਸੋ ਜੇਕਰ ਕੱਲ ਨੂੰ ਨਤੀਜੇ ਹੈਰਾਨੀਜਨਕ ਆਉਂਦੇ ਨੇ ਤਾਂ ਸਾਨੂੰ ਕੋਈ ਹੈਰਾਨੀ ਨਹੀਂ ਹੋਏਗੀ ਪਰ ਏ ਵੀ ਹੋ ਸਕਦਾ ਹੈ ਕਿ ਜੋੜ ਤੋੜ ਦੀ ਜਿਹੜੀ ਰਾਜਨੀਤੀ ਹੁੰਦੀ ਹੈ ਕਿ ਕਿਹੜੀ ਪਾਰਟੀ ਦੀ ਵੋਟ ਕਿਹਨੇ ਤੋੜ ਦੇਣੀ ਆ ਕਿਹੜੀ ਪਾਰਟੀ ਦੀ ਵੋਟ ਕਿਹਨੇ ਤੋੜ ਦੇਣੀ ਆ ਤਾਂ ਫਿਰ ਨਤੀਜਾ ਕੋਈ ਵੀ ਹੋ ਸਕਦਾ ਸੋਚੇ ਤੋਂ ਉਲਟ ਵੀ ਤੇ ਇੱਕ ਜੋ ਰਿਪੋਰਟ ਹੈ ਕਿ ਬਦਲਾ ਦੇ ਵਿੱਚ ਵੱਧ ਨੌਜਵਾਨ ਯਕੀਨ ਰੱਖਦੇ ਨੇ ਤੇ ਵਿਕਾਸ ਦੀ ਗੱਲ ਘਟ ਕਰਦੇ ਨੇ ਇਹਦਾ ਵੇਰਵਾ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਬਾਦਲਾਂ ਦੇ ਗੜ ਵਿੱਚ ਦੋ ਵਜ਼ੀਰਾਂ ਦੀ ਨੀਂਦ ਉਡਾ ਦਿੱਤੀ ਆ ਬਾਦਲ ਪਰਿਵਾਰ ਆਮ ਆਦਮੀ ਪਾਰਟੀ ਦੇ ਪ੍ਰਭਾਵ ਨੂੰ ਥੰਮਣ ਵਾਸਤੇ ਬਠਿੰਡੇ ਤੇ ਮਾਨਸੇ ਵਿੱਚ ਲਗਾਤਾਰ ਗੇੜੇ ਮਾਰ ਰਿਹਾ ਹੈ ਇਸ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕੇ ਨੇ ਜਿੰਨਾਂ ਵਿੱਚ ਐਥਕੀ ਵੱਡੇ ਤਨੰਤਰਾਂ ਦੇ ਪੈਰ ਉਖੜ ਰਹੇ ਨੇ ਪਿੰਡੂ ਨੌਜਵਾਨਾਂ ਦਾ ਹੜ ਵਿਕਾਸ ਦੀ ਥਾਂ ਬਦਲਾ ਦੇ ਨਾਅਰੇ ਮਾਰਨ ਲੱਗਾ ਹੈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡੇ ਤੇ ਮਾਨਸੇ ਦੇ 9 ਹਲਕਿਆਂ ਤੋਂ ਬਿਨਾਂ ਮਜੀਠਾ ਹਲਕੇ ਵਿੱਚ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਬੀਬੀ ਬਾਦਲ ਬਠਿੰਡਾ ਸ਼ਹਿਰੀ ਤੋਂ ਹਰ ਸੂਰਤ ਦੇ ਵਿੱਚ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣਾ ਚਾਹੁੰਦੀ ਹੈ ਜਦਕਿ ਮਨਪ੍ਰੀਤ ਬਾਦਲ ਵੀ ਡਟੇ ਹੋਏ ਨੇ ਅਕਾਲੀ ਉਮੀਦਵਾਰ ਸਰੂਪ ਸਿੰਘਲਾ ਹਰ ਜਲਸੇ ਵਿੱਚ ਵਿਕਾਸ ਦੀ ਚਰਚਾ ਕਰਦੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਪਕ ਬੰਸਲ ਨੇ ਹਫਤੇ ਵਿੱਚ ਤੇਜ਼ੀ ਨਾਲ ਆਪਣਾ ਗਰਾਫ ਵਧਾਇਆ ਹੈ ਗੁੱਜੇ ਵੋਟ ਬੈਂਕ ਨੇ ਆਪ ਦਾ ਹੌਸਲਾ ਵਧਾਇਆ ਹੈ ਮਨਪ੍ਰੀਤ ਨੂੰ ਹਿੰਦੂ ਤੇ ਵਪਾਰੀ ਵੋਟਰਾਂ ਤੋਂ ਚੰਗਾ ਹੁੰਗਾਰਾ ਮਿਲਿਆ ਹੈ ਬਠਿੰਡਾ ਦਿਹਾਤੀ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੁਪਿੰਦਰ ਰੂਬੀ ਦੀ ਅਗੇਤੀ ਚੋਣ ਮਹਿਮ ਬਿਰੋਧੀ ਉਮੀਦਵਾਰਾਂ ਨੂੰ ਨੇੜੇ ਨੇ ਟੁਕੜਨ ਦੇ ਰਹੀ ਹੈ ਅਕਾਲੀ ਉਮੀਦਵਾਰ ਅਮਿਤ ਰਤਨ ਨੂੰ ਕਾਫੀ ਸਮਾਂ ਹਲਕਾ ਸਮਝਣ ਤੇ ਹੀ ਲੱਗ ਗਿਆ ਜਦੋਂ ਕਿ ਟਿਕਟ ਐਲਾਨਣ ਵਿੱਚ ਦੇਰੀ ਨੇ ਕਾਂਗਰਸੀ ਉਮੀਦਵਾਰ ਹਰਵਿੰਦਰ ਲਾੜੀ ਨੂੰ ਵੀ ਪੱਬਾਂ ਪਾਰ ਕੀਤਾ ਹੋਇਆ ਹੈ ਇਸ ਹਲਕੇ ਵਿੱਚ ਆਮ ਆਦਮੀ ਪਾਰਟੀ ਉਮੀਦਵਾਰ ਦੇ ਕੱਲ ਦੇ ਹਲਕੇ ਵਿਚਲੇ ਰੋਡ ਨੇ ਸਥਿਤੀ ਸਪਸ਼ਟ ਕਰ ਦਿੱਤੀ ਹੈ ਹਲਕਾ ਤਲਵੰਡੀ ਸਾਬੋ ਵਿੱਚ ਬਦਲਾਅ ਦਾ ਹੋਕਾ ਪ੍ਰਚੰਡ ਹੋ ਗਿਆ ਹੈ ਕਾਂਗਰਸ ਵਿੱਚੋਂ ਕੱਢੇ ਬਲਵੀਰ ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਹੌਸਲੇ ਵਿੱਚ ਕਰ ਦਿੱਤਾ ਹੈ ਕਾਂਗਰਸ ਦੇ ਖੁਸ਼ਬਾਜ਼ ਸਿੰਘ ਜਟਾਣਾ ਨੂੰ ਰਾਮਾ ਮੰਡੀ ਵਿੱਚੋਂ ਚੰਗਾ ਹੁੰਗਾਰਾ ਮਿਲ ਰਿਹਾ ਏ ਜਦੋਂ ਕਿ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੀ ਜ਼ੋਰ ਲਾ ਰਹੇ ਨੇ ਹਲਕਾ ਰਾਮਪੁਰਾ ਵਿੱਚ ਮੁਕਾਬਲਾ ਤਿਕੋਣਾ ਏ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਅਰਦਾਸ ਮਾਮਲੇ ਕਰਕੇ ਸੱਟ ਗ੍ਰਸਤ ਨੇ ਉੰਜ ਇਕੱਠ ਕਰਨ ਦੇ ਮਾਮਲੇ ਦੇ ਵਿੱਚ ਉਹ ਵੀ ਪਿੱਛੇ ਨਹੀਂ ਤੇ ਬਾਕੀ ਪਤਾ ਲੱਗੇਗਾ 4 ਤਰੀਕ ਨੂੰ ਉਸ ਤੋਂ ਬਾਅਦ ਅਸਲ ਨਤੀਜਾ ਆਵੇਗਾ 11 ਮਾਰਚ ਨੂੰ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਨਿੱਕੇ ਹੁੰਦੇ ਅਸੀਂ ਕਲਾਸਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਇਹ ਉਦੋਂ ਮੁਹਿੰਮਾਂ ਹੋਰ ਤਰਾਂ ਦੀਆਂ ਸਨ ਪਰ ਅੱਜ ਪੰਜਾਬ ਦੇ ਵਿੱਚ ਜੋ ਲਗਾਤਾਰ ਵੋਟਾਂ ਦਾ ਸਿਲਸਲਾ ਜਾਰੀ ਰਹਿੰਦਾ ਹੈ ਕਦੇ ਜ਼ਿਮਨੀ ਚੋਣ ਕਦੇ ਨਗਰ ਕੌਂਸਲ ਦੀ ਚੋਣ ਕਦੇ ਪੰਚਾਇਤੀ ਚੋਣ ਕਦੇ ਲੋਕ ਸਭਾ ਦੀ ਚੋਣ ਕਦੇ ਵਿਧਾਨ ਸਭਾ ਦੀ ਚੋਣ ਅੱਜ ਪੰਜਾਬੀਆਂ ਦੇ ਨਾਲ ਮੁਹਿੰਮਾਂ ਹੋਰ ਤਰਾਂ ਦੀਆਂ ਜੁੜ ਗਈਆਂ ਨੇ ਸੋ ਇਸ ਵਕਤ ਪ੍ਰਚਾਰ ਸਿਖਰਾਂ ਦੇ ਉੱਤੇ ਹੈ ਕੱਲ ਨੂੰ ਯਾਨੀ ਕਿ 2 ਤਰੀਕ ਨੂੰ ਸ਼ਾਮੀ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਏਗਾ ਜਲਸੇ ਕਰਨ ਦੇ ਉੱਤੇ ਟੀਵੀ ਚੈਨਲਾਂ ਦੇ ਉੱਤੇ ਪ੍ਰਚਾਰ ਕਰਨ ਦੇ ਮਾਮਲੇ ਦੇ ਵਿੱਚ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਬਾਜ਼ੀ ਕਰਨ ਦੇ ਮਾਮਲੇ ਦੇ ਵਿੱਚ ਰੋਕ ਲੱਗ ਜਾਏਗੀ ਤੇ ਉਮੀਦਵਾਰ ਸਿਰਫ ਤੇ ਸਿਰਫ ਜਿਹੜੇ ਉਹ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰ ਸਕਣਗੇ ਤੇ ਇਹ ਵੀ ਜਾਣਕਾਰੀ ਮਿਲੀ ਆ ਕਿ ਰਟਰਨਿੰਗ ਅਫਸਰ ਨੇ ਜਿਹੜੇ ਉਹਨਾਂ ਨੂੰ ਉਮੀਦਵਾਰ ਅਗਾਊਂ ਜਾਣਕਾਰੀ ਦੇਵੇਗਾ ਕਿ ਮੈਂ ਕਿਹੜੀ ਗੱਡੀ ਦੇ ਵਿੱਚ ਸਫ਼ਰ ਕਰਨਾ ਹੈ ਉਹਦਾ ਨੰਬਰ ਕੀ ਹੈ ਉਹਦਾ ਪਰਮਿਟ ਆਪਣੇ ਨਾਂ ਦੇ ਉੱਤੇ ਕਰਾਉਣਾ ਪਏਗਾ ਤੇ ਆਪਣੇ ਸਿਰਫ ਤਿੰਨ ਵੀਕਲੀ ਜਿਹੜੇ ਉਹ ਲੈ ਕੇ ਹਲਕੇ ਦੇ ਵਿੱਚ ਦੌਰੇ ਕਰ ਸਕਦੇ ਨੇ ਉਮੀਦਵਾਰ ਕਹਿਣ ਦਾ ਭਾਵ ਇਹ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਸਖਤੀ ਖਾਸੀ ਵਰਤੀ ਗਈ ਹੈ ਖਬਰਾਂ ਦੇ ਉੱਤੇ ਵਿਚਾਰ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਪਹਿਲਾਂ ਲਈ ਇੱਕ ਛੋਟੀ ਜਿਹੀ ਬ੍ਰੇਕ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ ਕਦੇ ਦੁੱਖ ਦੀ ਖਬਰ ਤੇ ਕਦੇ ਖੁਸ਼ ਦੀ ਖਬਰ ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟ੍ਰਾਂਟੋ ਟਾਈਮਿੰਗ 8:30 ਸ਼ਾਮੀ ਤੇ ਇਸੇ ਟਾਈਮ ਵੈਨ ਹੋਵੇਗਾ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਆ ਜੇਕਰ ਅਸੀਂ 15-20 ਸਾਲ ਪਹਿਲਾਂ ਵਾਲੇ ਝਾਤ ਮਾਰਗੇ ਤਾਂ ਪਤਾ ਲੱਗਦਾ ਹੈ ਕਿ ਉਮੀਦਵਾਰਾਂ ਦੇ ਵੱਲੋਂ ਆਪਣੇ ਹੱਕ ਦੇ ਵਿੱਚ ਇਕੱਠ ਕਰਨ ਦੇ ਲਈ ਕਲਾਕਾਰਾਂ ਦਾ ਸਹਾਰਾ ਲਿਆ ਜਾਂਦਾ ਸੀ ਭੰਡਾਂ ਦੀ ਵਰਤੋਂ ਕੀਤੀ ਜਾਂਦੀ ਸੀ ਤਵੀਸ਼ਰੀ ਗਾਇਨ ਪੇਸ਼ ਕਰਨ ਵਾਲਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਅੱਜ ਵਕਤ ਬਦਲ ਗਿਆ ਅੱਜ ਤੇਜ਼ ਤਰਾਰ ਬੁਲਾਰਿਆਂ ਦਾ ਦੌਰ ਹੈ ਤੇ ਕਲਾਕਾਰ ਨੇ ਜਿਹੜੇ ਪੰਡ ਨੇ ਜਿਹੜੇ ਉਹ ਉਮੀਦਵਾਰਾਂ ਦੇ ਪ੍ਰਚਾਰ ਦੇ ਵਿੱਚੋਂ ਰੂਪੋਸ਼ ਹੁੰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਕੁਝ ਕਲਾਕਾਰਾਂ ਦੇ ਵੱਲੋਂ ਆਪਣੇ ਮਿੱਤਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿਸੇ ਖਾਸ ਇੱਕ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੀ ਥਾਂ ਦੇ ਉੱਤੇ ਵਿਅਕਤੀਗਤ ਤੌਰ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਕਿਸੇ ਦੇ ਹੱਕ ਚ ਪ੍ਰਚਾਰ ਸ਼ੁਰੂ ਕੀਤਾ ਗਿਆ ਪਰ ਸਮੇਂ ਦੇ ਵਿੱਚ ਤਬਦੀਲੀ ਆਈ ਤੇ ਸਮੇਂ ਦੇ ਨਾਲ ਸੋਚ ਦੇ ਵਿੱਚ ਵੀ ਤਬਦੀਲੀ ਆਈ ਹੈ ਤੇ ਭੰਡ ਤੇ ਕਲਾਕਾਰ ਕਿਸ ਤਰੀਕੇ ਦੇ ਨਾਲ ਰੂਪੂਸ਼ ਹੋਏ ਨੇ ਉਮੀਦਵਾਰਾਂ ਦੀਆਂ ਰੈਲੀਆਂ ਦੇ ਵਿੱਚੋਂ ਸਟੇਜਾਂ ਤੋਂ ਕਿਉਂਕਿ ਕਿਸੇ ਵੇਲੇ ਇਹ ਇਕੱਠ ਕਰਨ ਦਾ ਬਹੁਤ ਵੱਡਾ ਜ਼ਰੀਆ ਮੰਨੇ ਜਾਂਦੇ ਸਨ ਪਰ ਅੱਜ ਇਕੱਠ ਕਰਨ ਦੇ ਤੌਰ ਤਰੀਕੇ ਵੀ ਬਦਲ ਗਏ ਨੇ ਤੇ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਇਸ ਤਰੀਕੇ ਨਾਲ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਆਪੋ ਆਪਣੀ ਪਾਰਟੀ ਦੇ ਪ੍ਰਚਾਰ ਲਈ ਪਿੰਡਾਂ ਸ਼ਹਿਰਾਂ ਵਿੱਚ ਉਮੀਦਵਾਰਾਂ ਦੇ ਚੋਣ ਜਲਸਿਆਂ ਵਿੱਚ ਇਕੱਠ ਵਧਾਉਣ ਲਈ ਕੁਝ ਪੰਜਾਬੀ ਗਾਇਕਾਂ ਢਾਡੀਆਂ ਤੇ ਖਾਸ ਤੌਰ ਤੇ ਭੰਡਾਂ ਯਾਨੀ ਕਿ ਮਰਾਸੀਆਂ ਨੂੰ ਰੱਖਦੇ ਸਨ ਜੋ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਲਈ ਪਿੰਡਾਂ ਦੀਆਂ ਸੱਥਾਂ ਆਦਿ ਵਿੱਚ ਇਕੱਠ ਕਰਨ ਦੇ ਵਿੱਚ ਅਹਿਮ ਰੋਲ ਕਰਦੇ ਸਨ ਾਇਕਾਂ ਢਾਡੀਆਂ ਤੇ ਪੰਡਾਂ ਨੂੰ ਸੁਣ ਲਈ ਲੋਕ ਕੰਮ ਛੱਡ ਕੇ ਇਕੱਠੇ ਹੋ ਜਾਂਦੇ ਇਹਨਾਂ ਕਲਾਕਾਰਾਂ ਨੂੰ ਪਾਰਟੀਆਂ ਦੇ ਇਤਿਹਾਸ ਤੇ ਪ੍ਰਾਪਤੀਆਂ ਦੇ ਪ੍ਰਚਾਰ ਕਰਨ ਦੇ ਨਾਲ ਨਾਲ ਇਕੱਠ ਕਰਨ ਵਾਸਤੇ ਰੱਖਿਆ ਜਾਂਦਾ ਸੀ ਜੋ ਪਿੰਡਾਂ ਵਿੱਚ ਪਾਰਟੀਆਂ ਦੇ ਉਮੀਦਵਾਰਾਂ ਦੇ ਪਹੁੰਚਣ ਤੋਂ ਪਹਿਲਾਂ ਆਪਣੀ ਨਿਵੇਕਲੀ ਕਲਾ ਰਾਹੀਂ ਪਿੰਡਾਂ ਵਿੱਚ ਲੋਕਾਂ ਨੂੰ ਇਕੱਠੇ ਕਰ ਲੈਂਦੇ ਸਨ ਪਾਰਟੀ ਉਮੀਦਵਾਰ ਦੇ ਉਸ ਪਿੰਡ ਜਾਂ ਸ਼ਹਿਰ ਪਹੁੰਚਣ ਉੱਤੇ ਕਲਾਕਾਰ ਆਪਣਾ ਸਾਜ਼ੋ ਸਮਾਨ ਚੁੱਕ ਕੇ ਅਗਲੇ ਪਿੰਡ ਜਾ ਸਟੇਜ ਲਾਉਂਦੇ ਸਨ ਕਲਾਕਾਰਾਂ ਦੁਆਰਾ ਕੀਤੇ ਜਾਂਦੇ ਇਕੱਠਾਂ ਵਿੱਚ ਉਮੀਦਵਾਰਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਜਾਂਦਾ ਸੀ ਪਰ ਹੁਣ ਸਮਾਂ ਬਦਲ ਗਿਆ ਤੇ ਕਲਾਕਾਰ ਭੰਡ ਤੇ ਢਾਡੀ ਉਮੀਦਵਾਰਾਂ ਦੀਆਂ ਇਹਨਾਂ ਰੈਲੀਆਂ ਵਿੱਚੋਂ ਇਹਨਾਂ ਸਟੇਜਾਂ ਤੋਂ ਰੂਪੋਸ਼ ਦਿਖਾਈ ਦੇ ਰਹੇ ਨੇ ਇਸ ਖਬਰ ਦੇ ਉੱਤੇ ਸੰਖੇਪ ਦੇ ਵਿੱਚ ਟਿੱਪਣੀ ਕਰਦੇ ਹਾਂ ਦੋਸਤੋ ਅਸੀਂ ਇਹ ਗੱਲ ਕਹਾਂਗੇ ਸਮੇਂ ਦੇ ਨਾਲ ਬਹੁਤ ਕੁਝ ਬਦਲਿਆ ਤੇ ਇਹ ਇੱਕ ਸਟਾਈਲ ਵੀ ਬਦਲਿਆ ਕਿ ਉਮੀਦਵਾਰਾਂ ਨੇ ਇਕੱਠ ਕਿਵੇਂ ਕਰਨਾ ਅੱਜ WhatsApp ਦਾ ਜ਼ਮਾਨਾ ਹੈ ਅੱਜ ਸਿਰਫ ਇਹ ਦੱਸਣ ਦੀ ਲੋੜ ਹੈ ਕਿ ਫਲਾਣੀ ਥਾਂ ਦੇ ਉੱਤੇ ਐਨੇ ਵਜ੍ਹ ਕੇ ਐਨੇ ਮਿੰਟ ਦੇ ਉੱਤੇ ਫਲਾਣੀ ਉਮੀਦਵਾਰਾਂ ਦੀ ਰੈਲੀ ਹੋਣੀ ਹੈ ਤੇ ਉੱਥੇ ਫਲਾਣੀ ਫਲਾਣੀ ਨੇ ਸੰਬੋਧਨ ਕਰਨਾ ਜੀਨੇ ਪਹੁੰਚਣਾ ਹੁੰਦਾ ਉੱਥੇ ਪਹੁੰਚ ਜਾਣਾ ਹੁੰਦਾ ਦੂਜੀ ਗੱਲ ਇਹ ਹੈ ਕਿ ਸਮਾਂ ਬਹੁਤ ਤੇਜ਼ੀ ਨਾਲ ਗੁਜ਼ਰਿਆ ਤੇ ਲੋਕਾਂ ਨੂੰ ਆਪਣੇ ਵਕਤ ਦੀ ਕੀਮਤ ਦਾ ਅਹਿਸਾਸ ਹੋਇਆ ਮਨੋਰੰਜਨ ਦੇ ਤਰੀਕੇ ਬਦਲ ਗਏ ਨੇ ਪਹਿਲੇ ਵੇਲਿਆਂ ਦੇ ਵਿੱਚ ਲੋਕ ਸੋਚਦੇ ਸਨ ਕਿ ਉਮੀਦਵਾਰ ਨੇ ਤਾਂ ਚਲੋ ਅਸੀਂ ਬੋਨਸ ਦੇ ਵਿੱਚ ਗੱਲ ਸੁਣ ਲਵਾਂਗੇ ਚਲੋ ਕਲਾਕਾਰ ਨੇ ਚਾਰ ਗਾਣੇ ਸੁਣਾਉਣੇ ਆ ਹੁਣ ਤਾਂ ਇੱਕ ਇੱਕ ਮੋਬਾਈਲ ਦੇ ਵਿੱਚ 2-2000 ਗਾਣਾ ਪਹਿਲਾਂ ਲੋਕਾਂ ਦਾ ਪਾਇਆ ਹੋਇਆ ਤੁਸੀਂ ਘਰੇ ਜਾਓ ਤਾਂ ਦਰਜਨਾ ਟੀਵੀ ਚੈਨਲ ਤੁਹਾਡਾ ਮੁਫਤ ਦੇ ਵਿੱਚ ਮਨੋਰੰਜਨ ਕਰਦੇ ਨੇ ਜੇਕਰ ਤੁਸੀਂ ਕਿਸੇ ਵਿਆਹ ਦੀ ਪਾਰਟੀ ਤੇ ਜਾਓ ਤਾਂ ਉੱਥੇ ਡੀਜੇ ਤੁਹਾਡਾ ਮਨੋਰੰਜਨ ਕਰਦਾ ਹੈ ਸੋ ਹਰ ਥਾਂ ਦੇ ਉੱਤੇ ਮਨੋਰੰਜਨ ਹੈ ਜਦੋਂ ਤਾਂ ਫਿਰ ਕਿਸੇ ਇੱਕ ਉਚੇਚੀ ਥਾਂ ਦੇ ਉੱਤੇ ਚੱਲ ਕੇ ਜਾਣ ਦੀ ਲੋਕ ਲੋੜ ਘੱਟ ਮਹਿਸੂਸ ਕਰਦੇ ਨੇ ਤੇ ਸਭ ਤੋਂ ਅਹਿਮ ਗੱਲ ਦੋਸਤੋ ਇਹ ਹੈ ਕਿ ਕਲਾਕਾਰ ਦੇ ਜਿਹੜੇ ਉਹਨਾਂ ਦੇ ਇੱਕ ਹਿੱਸੇ ਦੇ ਵੱਲੋਂ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਸੀ ਉਹਨਾਂ ਕਲਾਕਾਰਾਂ ਨੂੰ ਲੰਮਾ ਸਮਾਂ ਸੋਸ਼ਲ ਮੀਡੀਆ ਦੇ ਉੱਤੇ ਮਾਫੀਆਂ ਮੰਗਣੀਆਂ ਪਈਆਂ ਸਨ ਕਿਉਂਕਿ ਕਿਸੇ ਨੇ ਕਿਹਾ ਸੀ ਪੰਜਾਬ 'ਚ ਸਟੇਡੀਅਮ ਬੜੇ ਸੋਹਣੇ ਬਣ ਗਏ ਕਿਸੇ ਨੇ ਕਿਹਾ ਸੀ ਪੰਜਾਬ ਨਸ਼ਾ ਮੁਕਤ ਹੋ ਗਿਆ ਕਿਸੇ ਨੇ ਕਿਹਾ ਸੀ ਪੰਜਾਬ 'ਚ ਸੜਕਾਂ ਬਿਲਾਈਦਾਰ ਨੇ ਲੋਕਾਂ ਨੇ ਉਹਨਾਂ ਨੂੰ ਲੰਮੇ ਹੱਥੀ ਲਿਆ ਇਸ ਕਰਕੇ ਇਹ ਦੇਖਣ ਨੂੰ ਇਤਕੀ ਘੱਟ ਮਿਲ ਰਿਹਾ ਕਿ ਕਲਾਕਾਰ ਕਿਸੇ ਪਾਰਟੀ ਦੇ ਹੱਕ 'ਚ ਪ੍ਰਚਾਰ ਕਰਦੇ ਹੋਣ ਕੱਲ ਪੰਮੀ ਬਾਈ ਤੇਜੀ ਸੰਧੂ ਜਸਬੀਰ ਜੱਸੀ ਇਹ ਗੁਰਪ੍ਰੀਤ ਖੁੱਗੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਕੇ ਆਏ ਨੇ ਇਹਨਾਂ ਨੇ ਉੱਥੇ ਹੀ ਗੱਲ ਕਹੀ ਆ ਕਿ ਅਸੀਂ ਕਿਸੇ ਇੱਕ ਪਾਰਟੀ ਦੇ ਨਾਲ ਜੁੜੇ ਨਹੀਂ ਪਰ ਖੁੱਗੀ ਕਿਉਂਕਿ ਸਾਡਾ ਮਿੱਤਰ ਹੈ ਸਾਡੇ ਨਾਲ ਦਾ ਸਾਡੇ ਕਲਾਕਾਰ ਭਾਈਚਾਰੇ ਦੇ ਵਿੱਚੋਂ ਹੈ ਅਸੀਂ ਇਸ ਕਰਕੇ ਇੱਥੇ ਆਏ ਆਂ ਉਸ ਤੋਂ ਪਹਿਲਾਂ ਪੰਮੀ ਬਾਈ ਹੋਰੀ ਗਈ ਸੀ ਸਤਵਿੰਦਰ ਬਿੱਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਸਾਹਨੇਵਾਲ ਤੇ ਬਿੱਟੀ ਹੈ ਕਾਂਗਰਸ ਦੀ ਉਮੀਦਵਾਰ ਪੰਮੀ ਬਾਈ ਨੇ ਉੱਥੇ ਵੀ ਜਾ ਕੇ ਗੱਲ ਕਹੀ ਸੀ ਕਿ ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਜੁੜਿਆ ਪਰ ਕਿਉਂਕਿ ਬਿੱਟੀ ਸਾਡੇ ਭਾਈਚਾਰੇ ਚੋਂ ਆ ਇਸ ਕਰਕੇ ਮੈਂ ਇੱਥੇ ਪ੍ਰਚਾਰ ਕਰਨ ਆਇਆ ਸੋ ਕਲਾਕਾਰਾਂ ਦੇ ਵੱਲੋਂ ਵੀ ਤਰੀਕੇ ਬਦਲੇ ਗਏ ਨੇ ਤੇ ਉਮੀਦਵਾਰਾਂ ਦੇ ਵੱਲੋਂ ਵੀ ਆਪਣੇ ਪ੍ਰਚਾਰ ਦੇ ਤਰੀਕਿਆਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਖਬਰਾਂ ਕੁਝ ਹੋਰ ਵੀ ਸਨ ਪਰ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਲੈ ਕੇ ਅਸੀਂ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਆਗਿਆ ਤੁਹਾਡੀ ਬਹੁਤ ਬਹੁਤ ਮਿਹਰਬਾਨੀ